सारे घर दिखाने हैं, इस करके लाइक शेयर से सब्सक्राइब कर ले सारे तूने हौली चैनल। हौली कदे बोल दिया मैं इससे बता रही, मैंने अपने आप में लगा कि हाँ भी घर बहुत क्वाइट जाया इस करके वो तो कोई हौली म्यूजिक निकल रिले गया। सत श्रीकाल जी। कितना टाइम हो गया घर वीडियो बनाई नो बहुत टाइम हो गया है ना आप वैसे ही, मेरे ख्याल से आई थिंक डेढ़ महीने महीने हो बाद गया, बनाई डेढ़ है। महीना। हाँ डेफिनेटली। ਤੇ ਇਸ ਕਰਕੇ ਅਸੀਂ ਕਿਹਾ ਕਿ ਰੀਸਟਾਰਟ ਕਰਨ ਲਈ ਕੁਝ ਵਧੀਆ ਜਿਹਾ ਦਿਖਾਈਏ, ਕੁਝ ਡਿਫਰੈਂਟ ਜਿਹਾ, ਤਾਂ ਇੱਕਦਮ ਲਾਈਕ ਨੂੰ ਦੇਖ ਕੇ ਅੱਖਾਂ ਕਹਿਣ ਵਾਓ, ਵਾਓ ਜਿਹੜਾ ਮੇਰਾ ਕਲਾਸਿਕ ਹੈ ਹਰ ਵਾਰੀ, ਪਰ ਇਸ ਵਾਰੀ ਮੈਂ ਵਾਓ ਵਾਓ ਵਾਓ। ਤੇ ਇਹ ਵਾਲਾ ਪਿੱਛੇ ਵਾਲਾ ਘਰ ਦਿਖਾਉਣ ਲੱਗਿਆ, ਤੇ ਵਾਓ ਆਰਕੀਟੈਕਚਰਲੀ ਬਣਿਆ ਆ ਔਰ ਕਸਟਮ ਮਤਲਬ ਬਿਲਡਰਸ ਨੇ ਹੈ, ਤੁਸੀਂ ਇੱਥੇ ਦੇਖ ਕੇ ਨਾ ਡੈਫੀਨੇਟਲੀ ਜਿਹੜੀ ਵਿੰਡੋਜ਼ ਯੂਜ਼ ਕੀਤੀਆਂ ਨੇ, ਕਲਰ ਸਕੀਮ ਯੂਜ਼ ਕੀਤੀ ਹੈ, ਇਟਸ ਜਸਟ ਮਾਈਂਡ ਬਲੋਇੰਗ, ਮਾਈਂਡ ਬਲੋਇੰਗ। ਚਲੋ ਵਾਕ ਬਾਹਰਲਾ ਟੂਰ ਦੇ ਲਈ ਫਿਰ ਚੱਲੀਏ। ਯੈਸ ਆਲਰਾਈਟ। ਕਿੱਦਾਂ ਮੈਡਮ ਪਾਪਾ ਤਾਂ ਕੱਲ੍ਹ ਪਹਿਲਾਂ ਘਰ ਦੇਖਿਆ ਆਪਾਂ ਦੀਵਾਰ 'ਚ ਆ ਰਹੇ ਹਾਂ ਆਪਣਾ ਆੜੀਆ, ਹਾਂਜੀ ਕੀ ਬਹੁਤ ਵੀ ਐਕਸਾਈਟਿਡ ਆ ਦੁਬਾਰਾ ਸ਼ੁਰੂ ਹੁਣ ਦੇਖਣ ਤੱਕ ਦੇ ਘਰਾਂ ਤੋਂ ਕਿੱਦਾਂ ਹੈ? ਲਾਈਕ ਡਿਫਰੈਂਟ ਹੈ ਕੰਪਲੀਟਲੀ, ਜਿੱਥੇ ਜਿੱਥੇ ਤੁਸੀਂ ਸੋਚੋਗੇ ਕਿ ਚੀਜ਼ਾਂ ਹੋ ਸਕਦੀਆਂ ਨੇ ਉੱਥੇ ਹੈ ਨਹੀਂ, ਔਰ ਉੱਥੇ ਜਿਹੜੀ ਚੀਜ਼ ਹੈਗੀ ਆ ਉਹ ਮਤਲਬ ਸੱਚੀ ਤੁਹਾਨੂੰ ਕੁਐਸਚਨ ਕਰਨ ਲੱਗਦੀ, ਯਾਰ ਸੱਚੀ ਗੱਲ ਹੈ ਵਧੀਆ ਲੱਗਦਾ ਆ। ਘਰ ਦੇਖੋ ਤੁਸੀਂ ਕਿੰਨਾ ਵੱਡਾ, ਬਹੁਤ ਵਧੀਆ। ਜਾ ਕੇ ਮੈਂ ਰੋਡ ਕ੍ਰੋਸ ਕਰਕੇ ਪਰਸਪੈਕਟਿਵ ਦਿਖਾਈ, ਭੱਜ ਕੇ ਭੱਜ ਕੇ ਭੱਜ ਕੇ, ਧਿਆਨ ਨਾਲ ਗੱਡੀ ਥੱਲੇ ਨਾ ਜੀ ਦੇਖੇ ਜਾ ਕੇ ਦੋ ਉਹ ਜਦ ਜਾਊਗੀ ਮੈਡਮ ਉਹ ਫਿਰ ਪਤਾ ਲੱਗਦਾ ਵੀ ਕਿੱਡਾ ਬੜਾ ਘਰ ਆ, ਇੱਥੋਂ ਤਾਂ ਛੋਟਾ ਜਿਹਾ ਲੱਗਦਾ। ਵਾਹ ਜੀ ਵਾਹ, ਉਹ ਚੀਜ਼ਾਂ ਸਾਰੀਆਂ ਦੇਖਣ ਵਾਲੀਆਂ ਨੇ, ਆਹ ਵਾਲੀਆਂ ਆਹ ਵਾਲੀਆਂ। ਵਾਓ ਆਹ ਘਰ ਜਿਹੜਾ ਹੈ ਨਾ, ਜਿਹੜੇ ਵੀ ਐਂਗਲ 'ਚ ਦੇਖ ਲਓ ਨਾ, ਮਤਲਬ ਉੱਥੋਂ ਹੀ ਤੁਹਾਡੀ ਨਈ ਚੀਜ਼ ਨਜ਼ਰ ਆਉਂਦੀ ਹੈ, ਤੇ ਐਸਟੋਨਿਸ਼ਿੰਗ ਲਾਈਕ ਕੰਪਲੀਟਲੀ ਮਾਈਂਡ। ਪਾਮ ਟ੍ਰੀ ਕਿੰਨੇ ਦਾ ਕਹਿੰਦਾ ਸੀ? ਉਹ ਕਹਿੰਦੇ 30,000 ਦਾ ਤਾਂ ਪਾਮ ਟ੍ਰੀ ਆ, ਆਹ ਵਾਲਾ। ਤੇ ਉਹ ਪਾਮ ਟ੍ਰੀ ਨੂੰ ਦੇਖਣ ਉਹਨੇ ਵਿੰਡੋ ਲਾਈ ਆ ਕੋਲ। ਹਾਂਜੀ ਸਾਨੂੰ ਮਾਸਕ ਲਾਉਣੇ ਪੈਣੇ, ਇਸ ਕਰਕੇ ਆਵਾਜ਼ ਥੋੜ੍ਹੀ ਜਿਹੀ ਮਤਲਬ ਅਜੀਬ ਜਿਹੀ ਆਊਗੀ ਹੋ ਸਕਦਾ ਆ, ਪਰ ਮਤਲਬ ਜਿੱਥੋਂ ਵੀ ਦੇਖੋ ਇੱਥੋਂ ਹੀ ਪਤਾ ਲੱਗਦਾ ਹੈ ਆਰਕੀਟੈਕਚਰਲ ਫੀਚਰਸ। ਗੋਲ ਵਿੰਡੋ, ਉੱਤੇ ਵਾਲੀ ਵਿੰਡੋ ਜਿਹੜੀ ਟਾਈਡ ਲਾਈਕ ਤਾਂ ਕਹੇਗਾ ਨਾ ਜਿਵੇਂ ਤਾਜ ਮਹਿਲ ਨੂੰ ਲੋਕੀ ਨਹੀਂ ਕਰਦੇ ਹੁੰਦੇ ਫੋਟੋ ਉੱਦਾਂ ਕਰ, ਉਹ ਨਹੀਂ ਯਾਰ ਉਹਦੀ ਉਂਗਲੀ ਲਾ ਨਾ ਫਿਰ ਹੁਣ ਠੀਕ ਹੈ, ਹੁਣ ਠੀਕ ਆ, ਹੁਣ ਠੀਕ ਆ। ਮਤਲਬ ਬਿਲਕੁਲ ਸਕਿਪ ਨਾ ਕਰੇ ਵੀਡੀਓ, ਕਿਉਂਕਿ ਹਰ ਫੀਚਰ ਆਵਾਜ਼ ਘੱਟ ਆ ਪਰ ਫੀਚਰ ਦੇਖਣ ਵਾਲੇ ਬਹੁਤ ਬਹੁਤ ਜ਼ਿਆਦਾ ਵਧੀਆ। ਉਹ ਪਿੱਛੇ ਕੀ ਹੈ ਘਰ 'ਚ? ਉਹ ਪਿੱਛੇ ਵਾਲੇ ਓ ਮਾਈ ਗੋਡ, ਉਹ ਏਰੀਆ ਯਾਰ, ਉਹ ਏਰੀਆ ਦੇਖਣ ਵਾਲਾ ਹੈ, ਲਾਈਕ ਲਿਟਰਲੀ ਦੇਖਣ ਵਾਲਾ ਹੈ। ਮੇਰੇ ਜਦ ਮੈਂ ਦੇਖਿਆ ਸੀਗਾ ਨਾ, ਮੈਨੂੰ ਹੈਰਾਨੀ ਹੋਈ ਸੀਗੀ ਕਿ ਇੰਨਾ ਕੱਚ ਔਰ ਇੰਨੀ ਲਾਈਟ, ਔਰ ਉਹਦੇ ਬਾਹਰ ਵਾਲੇ ਜਿਹੜੇ ਫੀਚਰਸ ਨੇ ਉਹ ਹੋਰ ਜ਼ਿਆਦਾ ਵਧੀਆ ਨੇ। ਰਾਈਟ, ਚਲਿਏ ਜੀ, ਚਲੋ ਲੈਟਸ ਗੋ। ਸੋ ਆ ਜਿਹੜਾ ਉੱਪਰ ਵੋਇਡ ਕਿੰਨਾ ਸੋਹਣਾ ਇਹਦੇ ਕਰਦੇ ਆ, ਬਹੁਤ ਸੋਹਣਾ ਆ, ਲਾਈਕ ਇੱਕਦਮ ਖੁੱਲਾ ਖੁੱਲਾ ਜਿਹਾ ਲੱਗਦਾ ਹੈ ਨਾ। ਸੋ ਦੱਸ ਕੀ ਕਹਿ ਰਹੇ ਸੀ ਮੈਡਮ ਵੀ ਐਂਟਰੀ ਦੇ ਵਿੱਚ ਕਿਵੇਂ ਰਾਈਟ ਘੁੰਮ ਕੇ? ਕਿੰਨੀ ਵਾਈਡ ਆ ਐਂਟਰੈਂਸ? ਉੱਧਰ ਗਰਾਜ ਆ, ਗਰਾਜ ਦੇ ਵਿੱਚ ਭਾਈ ਬੈਠਾ ਜਿਹੜਾ ਉਹਨਾਂ ਦਾ, ਤਾਂ ਕਰਕੇ ਥੋੜ੍ਹੀ ਥੋੜ੍ਹੀ ਪੰਜਾਬੀ ਗੱਲ ਕਰ ਰਹੇ ਹਾਂ। ਅੱਛਾ, ਸੋ ਆਹ ਜਿਹੜੀ ਹਾਈਟ ਆ ਇਹ 3 ਮੀਟਰ ਆ ਰੂਫ ਦੀ, ਤਾਂ ਹੀ ਖੁੱਲ੍ਹਾ ਕਿੰਨਾ ਲੱਗ ਰਿਹਾ, ਪਿੱਛੇ ਜਾ ਕੇ ਖੜੀ ਮਾੜਾ ਜਿਹਾ ਉੱਥੇ ਪਤਾ ਲੱਗੂਗਾ। ਵਾਹ ਜੀ ਵਾਹ, ਸੋ ਮਾਸਕ ਪਾਏ ਨੇ ਕਿਉਂਕਿ ਹੁਣ ਇੱਥੇ ਸਾਡੇ ਫਿਰ ਮੈਂਡੇਟਰੀ ਹੋ ਗਏ। ਘੁਮਾ ਕੇ ਦਿਖਾਉਣਾ ਮੈਂ ਹੌਲੀ ਹੌਲੀ, ਓਕੇ ਇੱਧਰ ਬਾਅਦ 'ਚ ਦਿਖਾਉਂਦੇ ਹਾਂ, ਇੱਧਰ ਚਲੋ ਪਹਿਲਾਂ। ਓਕੇ ਅੱਛਾ, ਇਹਨਾਂ ਦੀ ਡਾਈਨਿੰਗ ਜਿਹੜੀ ਹੈ ਇੱਧਰ ਰੱਖੀ ਗੋਲ ਵਾਲੀ, ਕਿੰਨਾ ਖੁੱਲਾ ਡੁੱਲਾ ਬਣਾਇਆ ਨਾ, ਕਿੰਨੇ 56 ਸਕੁਆਇਰ ਕਹਿੰਦਾ ਸੀ ਘਰ, ਯਾਨੀ ਕਿ ਤਕਰੀਬਨ 550 ਸਕੁਆਇਰ ਮੀਟਰ, ਯਾਰਡਸ ਨਹੀਂ ਸਾਨੂੰ ਪਤਾ ਕਿੰਨੇ ਹੁੰਦੇ ਨੇ, ਅਮਰੀਕਾ ਵਾਲੇ ਪੁੱਛਦੇ ਹੁੰਦੇ ਨੇ ਆਪਾਂ ਨੂੰ। ਅੱਛਾ ਆ ਜਾਂਦੀ ਹੈ ਗਰਾਜ ਨੂੰ, ਆਹ ਦੇ ਇਹਨਾਂ ਨੇ ਕੀ ਬਣਾਈ ਹੋਈ ਆ, ਬੈੱਟ ਕੀ ਚੀਜ਼ ਹੈ? ਹਾਂਜੀ ਲਾਂਡਰੀ ਆ, ਲਾਂਡਰੀ ਦਾ ਸਮਾਨ ਰੱਖਣ ਨੂੰ ਸਭ ਕੁਝ ਆ ਹੈਗਾ। ਅੱਛਾ ਆਪਾਂ ਕਿਚਨ ਜਾ ਗਏ, ਹਾਂਜੀ ਜਿਹੜੀ ਪਿੱਛੇ ਹੁੰਦੀ ਆ ਬਟਲਸ, ਬਟਲਸ ਪੈਂਟਰੀ ਆ, ਵੈਰੀ ਨਾਈਸ, ਸੋਹਣੀ ਹੈ ਸਭ ਕੁਝ। ਅੱਛਾ ਇਹ ਵੀ ਖਿੱਚਣ ਵਾਲੇ ਨੇ ਰਬਿਸ਼ ਵਗੈਰਾ ਪਾਉਣ ਨੂੰ। ਅੱਛਾ ਚਲੋ ਹੁਣ ਤੁਹਾਨੂੰ ਕਿਚਨ ਵੀ ਦਿਖਾਇਆ ਦਿਓ, ਫਿਰ ਹੁਣ ਆਪਾਂ ਕਿਚਨ 'ਚ ਪਹੁੰਚ ਗਏ। ਹਾਂਜੀ ਇੱਕ ਮਾਈਕ੍ਰੋਵੇਵ ਥੱਲੇ ਆ, ਉੱਤੇ ਕੈਬਨਿਟਸ ਆ, ਐਲਈਡੀ ਹਮੇਸ਼ਾ ਮੈਨੂੰ ਸੋਹਣੀ ਲੱਗਦੀ ਹੈ ਬਹੁਤ। ਇਹਨਾਂ ਦੀ ਕਲਰ ਸਕੀਮ ਬਹੁਤ ਸੋਹਣੀ ਆ, ਬਲੈਕ ਤੇ ਇਹ ਥੋੜ੍ਹਾ ਡਾਰਕ ਵੁੱਡ ਤੇ ਗ੍ਰੇਸ਼, ਗ੍ਰੇ ਬੇਜ ਤੇ ਗ੍ਰੇ ਦਾ ਮਿਕਸ ਦਾ ਕਲਰ, ਵੈਰੀ ਨਾਈਸ। ਆ ਕਿੰਨਾ ਹੋਣਾ ਓਕ ਵੁੱਡ ਤੇ ਬਲੈਕ ਦਾ ਤੇ ਗੋਲ ਆ, ਲਾਈਕ ਐਡਜਸਟ ਹੈ ਨਾ, ਉਹਨਾਂ ਦੇ ਥੱਲੇ ਖੋਲ ਕੇ ਦੇ, ਖੋਲ ਕੇ ਦੇ,
अच्छा पुल अप कुछ वेरी नाइस। अच्छा ए भी पुल अप ने लेकिन लग रहे नहीं कि हां भी पुल अप नहीं है ओके नहीं लंबा किचन बेंच हां जी। और एक चीज और कहती है मतलब ए मैट के बीच मैट मतलब भी शाइनी नहीं है हां शाइनी नहीं है ए वाला भी मैट है राइट ओके ना होना लगता काला दिखाई स्मैग दे अप्लाई से की देना स्मैग वाह जी वाह और लाइट सारा लाइट वेरी नाइस ओना ने कंट्रास्ट किया देना मैच करके दीवार दस दी स्टडी ते वो एंट्री है ना डोर किड्डा हुण दिखा दिए फिर आ चीज इधर सच इधर पिछे घूम के हैगा ओदे डोर ना देखी द डोर गो इनटू द वॉल द डोर्स कितने फोल्ड नहीं होंगे सीधे कंध ता ही कंध कितनी मोटी है हाँ आ बाहरला एरिया पखा सेम वही डेकोर कंटिन्यू की उन्होंने की ਉਹਦੇ ਥੱਲੇ ਉਹਦੇ ਥੱਲੇ ਹੈ ਮਤਲਬ ਜਿਹੜਾ ਤੁਹਾਡਾ ਮੈਚਿੰਗ ਕਰਨ ਨੂੰ ਲਓ ਜੀ ਮੈਂ ਫ੍ਰੈਸਕੋ ਵੀ ਬਹੁਤ ਵਧੀਆ ਹੈ ਨਾ ਪਿੱਛੋਂ ਦਿਖਾਉਣਾ ਮੈਂ ਘਰ ਹੁਣ ਤੁਹਾਨੂੰ ਵਾਹ ਜੀ ਵਾਹ ਵਾਹ ਜੀ ਵਾਹ ਉਹ ਮੈਂ ਦਿਖਾਉਣਾ ਜਿਹੜੇ ਇਧਰਲੇ ਪਾਸੇ ਜਾਂਦੇ ਹੁਣ ਸੀਕ੍ਰੇਟ ਸੀਗਾ ਉਹ ਹੁਣ ਦਿਖਾ ਜਿਹੜਾ ਮੇਨ ਫੀਚਰ ਹੈ ਪਿੱਛੇ ਵਾਲਾ ਹਾਂ ਟਾਈਲਾਂ ਬਹੁਤ ਵੱਡੀਆਂ ਨੇ ਘਰ ਬੜਾ ਹੋਣਾ ਅੱਛਾ ਦਿਖਾ ਦੇ ਹੁਣ ਚੱਲ ਵਾਲਾ सो आ एंट्री आ गई जी आ किचन आ गई तो आ देखे हूँ रेडी बोले 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 प्रॉपर हवेली वाली फीलिंग है ये टीवी रूम है हाँ जी आ शैंडलियर देखो ए बहुत ज़्यादा फैशन नहीं 6.1 meter का है हूँ आ कोने खड़ के देखो घर तीन वाह जी वाह उत्तों देखा थले जी थो बारों विंडो दिखाई थी बारों फसा दो सारा देखो कितना सोना आ शीशा देखो कितना लग्या सिंपल शीशा उबला बला किड्डा शीशा लग्या उत्ते जस खड़ के दिखाई माड़ा जिहा परस्पेक्टिवली वाह जी वाह ते आ विंडो केड़ी आ देसी बॉर्डरलैस कहंदे ने इहनू हांजी बॉर्डरलैस कहंदे मतलब साइड ते बस एक पतला जिहा सिलिकन दा जॉइंट आ बाकी सारा बॉर्डरलैस वाह जी वाह चलिए हुण दूजे पासे लेफ्ट ते आ जरा लैफ्ट कोई गल बाद देते हैं सो आ जरा लैफ्ट आप पिछे भी रख सकते हैं जो थोड़ा लॉट नैरो है सो दिस इज 3 meter अगेन ओ वाह नाइस पिक्चर देखो तो आ बेर मेन व्यू घर का आ सारी घर की प्रॉपर्टी है जी ओ उत्थे तक दसदा सीगा सानू वाह जी वाह पहली बार देखे विंडो बड़ी महंगी होनी असं पूछा पर्दे कि लाएंगे सोचा नहीं अरे पर्दे कि लगन गए चलो जी अगे सो ये हम राइट साइड से कर दे है ना बट ये चक के नैरो लॉट तो पिछे ला दिस दिस पार्ट है ना एंड इतने कंध होके इतने स्टेट्स से कंध होके एंड दैन आ चक के पिछे ला सकते बिकॉज एडा वाइड लॉट हों नहीं है किसी का भी थले बाथरूम हाँ सेम ਤੇ ਵੇਖ ਲਓ ਉਹੀ ਚੀਜ਼ ਇਹਨਾਂ ਨੇ ਕੀਤੀ ਜਿਹੜੀ ਥੱਲੇ ਲਾਈਟਾਂ ਲੱਗੀਆਂ ਨੇ ਉਹ ਪੂਰੇ ਉੱਤੇ ਤੱਕ ਚਾਰੋਂ ਪਾਸੇ ਬਾਥਰੂਮ ਤੋਂ ਹੀ ਲੱਗੀਆਂ ਨੇ ਤੇ ਮੇਰੀ ਫੇਵਰਿਟ ਕਾਂਸ ਲੋ ਜੀ
ਉਹ ਕਹਿੰਦੇ ਸ਼ੀਸ਼ਾ ਅਸੀਂ ਲਗਾ ਰਹੇ ਹਾਂ ਹਲੇ ਪਰ ਟਾਈਲ ਵੱਡੀ ਵਧੀਆ ਲੱਗ ਰਹੀ ਪੂਰੀ ਹਾਂਜੀ ਤੇ ਇਹ ਫਲੋਟਿੰਗ ਫਲੋਟਿੰਗ ਅੱਜ ਕੱਲ੍ਹ ਸ਼ਰਵਿੰਗ ਬਣ ਜਾਂਦੇ ਹਾਂ ਸੋ ਇਹ ਆਪਾਂ ਕਿੱਥੇ ਆ ਗਏ ਹੁਣ ਇਹਨਾਂ ਨੇ ਥੱਲੇ ਬੈਡਰੂਮ ਬਣਾਇਆ ਅੱਛਾ ਜਿਹੜਾ ਥੱਲੇ ਬੈਡਰੂਮ ਬਣਾਇਆ ਪਿੱਛੇ ਵਾਓ ਗੈਸਟ ਹੁੰਦਾ ਹੈ ਇਹ ਵੀ 3 ਮੀਟਰ ਹਾਂਜੀ ਤੇ ਜੇ ਤੁਹਾਡਾ ਘਰ ਵਾਈਡ ਨਹੀਂ ਹੈਗਾ ਲੋਟ ਜਿਹੜੇ ਕਿ ਨਹੀਂ ਹੁੰਦੇ ਬਾਹਰਲੇ ਮੁਲਕਾਂ 'ਚ ਤਾਂ ਇਹਨੂੰ ਪਿੱਛੇ ਕਰ ਸਕਦੇ ਹੋ ਮੈਂ ਤਾਂ ਕਹਿੰਦੀ ਮੈਂ ਕਿ ਜਿਹੜੇ ਉਹ ਸੀਗਾ ਉਹ ਨਾ ਹਾਂ ਜਿੱਥੇ ਪਕੜੇ ਸੀ ਜਿਹੜੇ ਗੈਸਟ ਨੂੰ ਇੱਥੇ ਰੋਕਣ ਨੂੰ ਕਰ ਦੋ ਕਿ ਉਹਨੇ ਕਹਿਣਾ ਹਾਂ 2 ਦਿਨ ਹੋਰ ਰੁਕ ਜਾਈਏ 2 ਦਿਨ ਹੋਰ ਰੁਕ ਜਾਈਏ ਆ ਦੇਖੋ ਆ ਸ਼ੀਸ਼ਾ ਲੱਗਦਾ ਨਹੀਂ ਵੀ ਸ਼ੀਸ਼ਾ ਹੈਗਾ ਹਾਂ ਉਹ ਦਰਖਤ ਕਿੰਨਾ ਸੋਹਣਾ ਲਾਇਆ ਨੇ ਬਹੁਤ ਹੀ ਇਹ ਲੈਂਡਸਕੇਪਿੰਗ ਵੀ ਦੇਖਣ ਵਾਲੀ ਆ ਬਹੁਤ ਵਧੀਆ ਲੱਗਿਆ ਕਿੰਨੇ ਕਿੰਨੇ ਬਿਊਟੀਫੁਲ ਆਇਆ ਦੇਖੋ ਤੇ ਦਰਵਾਜ਼ਾ ਖੁੱਲਦਾ ਵੀ ਇੱਕ ਪਾਸੇ ਜੇ ਬਾਹਰ ਜਾਣਾ ਨਾ ਉਹ ਹਾਂ ਉਹਨਾਂ ਨੇ ਬਣਾਇਆ ਤੇ ਆ ਫਾਇਰ ਪਿਟ ਹਾਂਜੀ ਜਿਹੜੀ ਮਿਡਲ ਜੇ ਰਾਤ ਨੂੰ ਬਾਲੀ ਹੋਵੇ ਤਾਂ ਉਧਰੋਂ ਵੀ ਨਜ਼ਰ ਆਏਗੀ ਗਰਮ ਨਜ਼ਰ ਆਏਗੀ ਉੱਪਰਲੀ ਫਲੋਰ ਚੱਲੀਏ ਜੀ ਹਾਂਜੀ ਸਿੱਧਾ ਹੁਣ ਥੱਲੇ ਹੋ ਗਿਆ ਸ਼ੀਸ਼ੇ ਵਾ ਹੁਣ ਇਹਨੇ ਸ਼ੀਸ਼ੇ ਦਾ ਰੰਗ ਚਲੋ ਨਾਈਸ ਓ ਸੋ ਵੀ ਗੋ ਅਪਸਟੇਅਰਸ ਨਾ ਆ ਜਿਹੜਾ ਇਹਨਾਂ ਨੇ ਵਧੀਆ ਲਾਇਆ ਇੱਥੇ ਆ ਜਿਹੜੀ ਚੀਜ਼ ਆ ਬੈਠਣ ਦੀ ਜਗ੍ਹਾ ਤੇ ਕੀ ਬੈਠਣਾ ਯਾ ਇਹਦੇ ਨਾਲ ਕਿੰਨੀ ਲਾਈਟ ਆ ਰਹੀ ਹੈ ਨਾ ਅਸੀਂ ਹਰ ਵਾਰੀ ਕਹਿੰਦੇ ਆ ਕਿ ਕਿੰਨੀ ਮਤਲਬ ਸਟ੍ਰੇਟ ਉੱਪਰ ਵੀ ਬਹੁਤ ਵਧੀਆ ਹਾਈਟ ਐਗਜ਼ੈਕਟਲੀ ਬਾਹਰਲੇ ਮੁਲਕਾਂ ਚ ਕਈ ਵਾਰ ਪਿੱਛੇ ਬਾਲਕਨੀ ਨਹੀਂ ਬਣਾਉਣ ਦਿੰਦੇ ਜੇ ਤੁਹਾਡੀ ਅੰਦਰ ਏਦਾਂ ਦੀ ਹੋਵੇ ਉਦੋਂ ਉੱਥੇ ਟਾਕੀਆਂ ਲੱਗੀਆਂ ਹੋਣ ਉਹੀ ਫੀਲਿੰਗ ਆ ਜਾਂਦੀ ਆ ਹੁਣ ਉਹ ਦੇਖੋ ਉਹ ਮੇਨ ਡੋਰ ਦੀ ਐਂਟਰੀ ਉਹਦੇ ਨਾਲ ਉਹ ਜਿਹੜੀ ਐਲ ਸ਼ੇਪ ਦੀ ਵਿੰਡੋ ਲਾਈ ਆ ਲਾਈਟ ਕਿੰਨੀ ਹੋਈ ਘਰ 'ਚ ਤੇ ਉੱਤੇ ਸਕਾਈਲਾਈਟ ਉਹ ਬਾਅਦ 'ਚ ਦਿਖਾਵਾਂਗੇ ਇੱਧਰ ਇੱਕ ਮੇਨ ਚੀਜ਼ ਆ ਜਿਹੜੀ ਬਾਹਰ ਫੋਟੋ ਦੇਖੀ ਸੀ ਆਹ ਦੇਖੋ ਹੁਣ ਰਾਈਟ ਸਾਈਡ 'ਤੇ ਫਿਰ ਅੱਛਾ ਬਾਤ ਇੱਧਰ ਵੀ ਬਾਲਕਨੀ ਹੈ ਇੱਧਰ ਵੀ ਬਾਲਕਨੀ ਸਟੱਡੀ ਅੰਦਰ ਹਾਂ ਬਾਲਕਨੀ ਦੇ ਪਹਿਲਾਂ ਬਾਅਦ 'ਚ ਪਤਾ ਵੀ ਲੱਗਦਾ ਕਿ ਵਿੱਚ ਡਰਾਉਣ ਇੱਥੇ ਬੰਦਾ ਜਿਹੜਾ ਬੈਠਾ ਉਹਨੂੰ ਜੇ ਥੱਲੇ ਕੋਈ ਕੰਮ ਕਰਨ ਆਇਆ ਤਾਂ ਦਿਖਾ ਸਕਦਾ ਨਾ ਸਹੀ ਗੱਲ ਹੈ ਤੇ ਇਹ ਦੇਖੋ ਜਿਹੜੀ ਚੀਜ਼ ਦਿਖਾਈ ਸੀ ਪਤਾ ਵੀ ਲੱਗਦਾ ਕਿ ਡਰਾਉਣ ਹੈਗੀ ਆ ਵੈਰੀ ਨਾਈਸ ਇੱਧਰ ਕੀ ਆ ਵੀ ਓਹ ਮਾਈ ਗੋਡ ਲਾਈਕ ਸਭ ਤੋਂ ਵੱਡੀ ਦੇਖੀ ਆ ਮੈਂ ਲਿਨਨ ਕਵਰ ਥੱਲੇ ਕਿੰਨੀ ਸਾਰੀ ਸੀਗੀ ਲੌਂਡਰੀ ਦੇ ਬਾਹਰ ਤੇ ਇੱਧਰ ਦੇ ਅੰਦਰ ਮਤਲਬ ਮੈਂ ਕਹਿੰਦੀ ਆ ਬੰਦਾ ਇੱਕ ਪੈ ਹੀ ਸਕਦਾ ਥੱਲੇ ਬੈਡਰੂਮ ਆ ਬੈਡਰੂਮ ਆ ਤੇ ਸੱਚੀ ਗੱਲ ਬੈਡਰੂਮ ਆ ਕੇ ਇਹ ਲੁੱਕ ਕੇ ਪੈਣਾ ਹੋਵੇ ਦਰਵਾਜ਼ੇ ਵੀ ਉੱਚੇ ਨੇ ਹਲੋ ਦਰਵਾਜ਼ੇ ਵੀ ਉੱਚੇ ਨੇ ਪੂਰੇ 2.4 ਵਾਲੇ ਐਸੀ ਹਮੇਸ਼ਾ ਕਹਿੰਦੇ ਨੇ ਉਹਦੇ ਨਾਲ ਬਹੁਤ ਫਰਕ ਪੈਂਦਾ ਆ ਓਕੇ ਆ ਮੈਨੂੰ ਲੱਗਦਾ ਬੈਡਰੂਮ ਆ ਗਿਆ ਦੂਜਾ ਥੱਲੇ ਗੈਸ ਸੀਗਾ ਨਾ ਹਾਂਜੀ ਹਾਂਜੀ ਇਹਦੇ ਤੇ ਵੀ ਟਾਕੀ ਕਿੰਨੀ ਹੋਣੀ ਆਈ ਉਹਨੇ ਵੈਰੀ ਨਾਈਸ ਉਹਨਾਂ ਨੇ ਸਿੰਪਲ ਡੈਕੋਰ ਰੱਖਿਆ ਹੋਇਆ ਹੈ ਦਿਖਾਉਣ ਲਈ ਕਿ ਕਿੰਨੀ ਸਪੇਸ ਕਿੰਨੀ ਹੈਗੀ ਹੈ ਵਿੱਚ ਆ ਸ਼ੀਸ਼ੇ ਵਧੀਆ ਨੇ ਕਿਹੜੇ ਨੇ ਲਾ ਕੇ ਦਿੱਤੇ ਗਏ ਇਹ ਡਾਰਕ ਜਿਹਾ ਆ ਬਟ ਪੀਟਰ ਫਿਨਿਸ਼ ਆ ਇਹਨੂੰ ਪੀਟਰ ਕਹਿੰਦੇ ਨੇ ਪੀਟਰ ਫਿਨਿਸ਼ PEWTER ਪੀਟਰ ਪੀਟਰ ਓਕੇ ਪਰ ਪ੍ਰੋਨਾਂਸ ਹੋ ਇਦਾਂ ਹੁੰਦਾ ਹੈ ਚਲੋ ਨਾਈਸ ਹੋਮ ਵੈਰੀ ਨਾਈਸ ਇਹ ਦੇਖ ਐਕਸੈਸਿਬਲ ਨੇ ਵਧੀਆ ਤੇ ਰਾਈਟ ਸਾਈਡ ਤੇ ਮੈਂ ਗੈਸ ਕਰਦਾ ਬਾਥਰੂਮ ਹੋਗਾ ਹੁਣ ਓਕੇ ਇਹ ਹੈਗਾ ਥਰੋਨ ਟੁੱਟੀ ਨਲਕਾ ਲਾਇਆ ਸਨੀ ਦਿਓਲ ਭੇਜ ਸਨੀ ਦਿਓਲ ਭੇਜ ਨਲਕਾ ਫੜ ਦੇ ਪ੍ਰੋਪਰ ਕਾਂਸ ਹਾਂ ਪੂਰੀ ਡੱਬੀ ਐ ਮੈਂ ਕਿਸੇ ਹੋਰ ਤੋਂ ਦੇਖੀ ਸੀ ਉਹ ਮੈਨੂੰ ਬਹੁਤ ਵਧੀਆ ਲੱਗੀ ਹੈ ਖਾਣਾ ਵੀ ਨਹੀਂ ਬਣਾਇਆ ਉਹਨੇ ਵੈਰੀ ਨਾਈਸ ਅੱਛਾ ਤੇ ਇਹ ਥੋੜਾ ਨਾ ਥੱਲੇ ਇਧਰ ਨੂੰ ਜ਼ਿਆਦਾ ਡੁੰਗਾ ਜਾਂਦਾ ਇਧਰ ਨੂੰ ਫਲੱਸ਼ ਕਰਦਾ ਇਹ ਪਾਣੀ ਹਾਂਜੀ ਨਾਈਸ ਚਲੋ ਰਾਈਟ ਰਾਈਟ ਕੀ ਹੋ ਸਕਦਾ ਇਹ ਬੈਡਰੂਮ ਬੈਡਰੂਮ ਅਨਦਰ ਬੈਡਰੂਮ ਵੈਰੀ ਨਾਈਸ ਸੇਮ ਡੈਕੋਰ ਰੱਖੀ ਉਹਨਾਂ ਨੇ ਸੇਮ ਸਾਈਜ਼ ਰੱਖਿਆ ਤੇ ਇਹਦੇ ਵੀ ਵਿੰਡੋ ਲਾਈ ਜਾਨੀ ਕਿ ਬਾਹਰ ਦੇਖਣ ਨੂੰ ਉਹ ਘਰ ਵੀ ਤੁਹਾਨੂੰ ਦਿਖਾਉਣਾ ਬਹੁਤ ਵਧੀਆ ਘਰ ਆ ਵਾਓ ਜੀ ਚਲੋ ਜੀ ਮੈਡਮ ਹੁਣ ਇਹਦਾ ਫੀਚਰ ਹਾਈਲਾਈਟ ਜਿਹੜੀ ਦੇਖ ਕੇ ਆਪਾਂ ਗੱਡੀ ਰੋਕੀ ਸੀ ਆਪਾਂ ਉਹ ਚੀਜ਼ ਦੇਖ ਕੇ ਗੱਡੀ ਰੋਕੀ ਸੀ ਤੇ ਥੱਲੇ ਵਾਲੀ ਜਿਹੜੀ ਵਿੰਡੋ ਦੇ ਹਾਂਜੀ ਚਲੋ ਦਿਖਾਓ ਦਾ ਫਿਰ ਹਾਂਜੀ
ਵੈਸੇ ਕੋਈ ਘਰ ਚ ਹੈ ਨਹੀਂ ਤੂੰ ਖੋਲ ਸਕਦੀ ਆ ਬਸ ਇੱਕ ਹੋਰ ਰਹਿ ਗਿਆ ਅੱਛਾ ਉਹਦੇ ਤੋਂ ਵੀ ਵਿਊ ਆਉਂਦਾ ਬਾਹਰ ਦਾ ਵਾਓ ਤੁਸੀਂ ਇੱਕ ਦਿਨ ਇਹਨਾਂ ਹਰ ਬੈਡਰੂਮ ਚ ਕੋਸ਼ਿਸ਼ ਕੀਤੀ ਹੈ ਕਿ ਵਿਊ ਆਵੇ ਹਾਂ ਬਹੁਤ ਸੋਹਣਾ ਹੈ ਇਧਰ ਆਓ ਲਾਈਟ ਓ ਵਾਓ ਕਿੱਡੀ ਵੱਡੀ ਵਾਰਡਰੋਬ ਆ ਮੈਨੂੰ ਇਹ ਵਾਰਡਰੋਬ ਸੋਹਣੀ ਲੱਗ ਰਹੀ ਹੈ ਜਦ ਦੋ ਡੋਰ ਖੁੱਲ੍ਹੇ ਹੁੰਦੇ ਆ ਆ ਬੈੱਡ ਕਿਹਾ ਜਾਂਦਾ ਕਿ ਆਪਣੇ ਇੰਡੀਆ ਚ ਇਦਾਂ ਦੀ ਮੈਨੂੰ ਯਾਦ ਬੈਂਚ ਦੀ ਕੁਰਸੀ इथे भी पड़दे किवें लाउणगे आ स्काईलाइटां लाइया ने लो जी इधर आ लाइट मैं दिखाना बोले 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 सवाह देखो जी विंडो कहो जी लाई उन्होंने सीमलैस तो साइड तो हले हम पढ़ते उन्होंने देखने भी कि लगन गए उरे मास्टर जुड़े रहो पेज सबसक्राइब कर लियो वह घर भी दिखाना वह घर भी दिखाना वह घर भी दिखाना सारे दिखाने तेन आओ भी दिखाने देखो किन्ने किन्ने सोहने सोहने घर ने एक तो उपर एक बट दिस वन takes the cake haan ji different hai bilkul completely different hai haan wow okay this simple rakha hua hai sara kuch acha hun oh te ede bahar rampus aa gaya dekh la na har ek bedroom de bahar rampus aa gaya haan itne na aa gaya aur light hi light aa wow chalo wardrobe haan ji wow bahut soni ji wardrobe ch bhi skylight wardrobe de vich bhi skylight wow ji wow te eh color kitna sona rakhe unhon wardrobe da simple jutti rakhi hmm चलो अपने तो लिबड़े पीने कर रहे चल जॉब कदी रहेगी मास्टर्स भी है वाओ सेम अच्छा देखिए एक नोट सेम डेकोर थ्रू आउट ये चीज और की है बहुत सही बात क्या कितना बड़ा बेंच होना बहुत सोना वाओ ते आ होने ना लाइट टॉयलेट हां जी सॉरी टब टब ते इथे एक और स्काईलाइट टब दे ऊपर बैठ के देखो तारे ते आ कंध दे ऊपर लाया थ्रोन ओ वाओ मैं कि शीशा शीशा है नहीं दरवाजा कोई अच्छा इधर फिर वाह अच्छा शावर ओए आ की होए ओ माय गॉड शावर बिजल के है क्या है अच्छा मतलब जब चला दे इधर लगे जैसे बारिश आ रही है हां रेन शावर हां पर हां और नाल हैंड हेड भी दिखता है जो स्पेसिफिक कच्चा कच्चा सारा है सही है ना इधर रिव्यू कितने कराएंगे हम अपना शीशा तो है नहीं $8 lakh ਉਹ ਪਿੱਛੇ ਉਹਦੇ ਸ਼ੈਂਡਲੀਅਰ ਉਹ ਲੰਕ ਦਾ ਜਿਹੜਾ ਲੈ ਗਿਆ ਹਾਂਜੀ ਵਾਹ ਤੇ ਕਸਟਮ ਲਾਇਆ ਸਭ ਕੁਝ ਪ੍ਰੀਮੀਅਮ ਲਾਇਆ ਉਹਨੇ ਸਭ ਕੁਝ ਪ੍ਰੀਮੀਅਮ ਸੋ ਹੋਪਫੁਲੀ ਤੁਸੀਂ ਇਹ ਸਾਡਾ ਟੂਰ ਇੰਜੋਏ ਕੀਤਾ ਹੋਊਗਾ ਤੇ ਆਈਡੀਆਜ਼ ਦਿੱਤੇ ਹੋਣਗੇ ਹਾਂ ਤੇ ਜਿਹੜਾ ਤੁਹਾਨੂੰ ਕਿਹਾ ਵੀ ਉਹ ਪਏ ਨੇ ਮੈਡਮ ਦਿਖਾਓ ਜਾ ਕੇ ਹਾਂਜੀ ਸਾਰੇ ਘਰ ਦਿਖਾਣੇ ਆ ਇਸ ਕਰਕੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈ ਸਾਡੇ ਨਾਲ ਹੌਲੀ ਹੌਲੀ ਕਦੇ ਬੋਲਦੀ ਆ ਮੈਂ ਇਸ ਤੇ ਬਤਾ ਨਹੀਂ ਮੈਨੂੰ ਆਪਣੇ ਆਪ ਨੂੰ ਲੱਗਦਾ ਕਿ ਹਾਂ ਵੀ ਘਰ ਬਹੁਤ ਕੁਆਇਟ ਜਾਇਆ ਇਸ ਕਰਕੇ ਉਹ ਤਾਂ ਕੋਈ ਮਿਊਜ਼ਿਕ ਨਹੀਂ ਤੇ ਉਹ ਬੰਦਾ ਥੱਲੇ ਬੈਠਾ ਉਹਨੇ ਕਿਹਾ ਸੀ ਕਿ ਕਰ ਮੈਂ ਫੋਨ ਤੇ ਕਾਲ ਕਰਨੀ ਵੀ ਤੁਸੀਂ ਕਰ ਲਓ ਮੈਂ ਹੌਲੀ ਹੌਲੀ ਕਰ ਰਿਹਾ ਹਾਂ ਵੈਸੇ ਵੀ ਇਸ ਕਰਕੇ ਕਿਉਂਕਿ ਇਹਨਾਂ ਕੁਆਇਟ ਚ ਹੈਗਾ ਨਾ ਆਪਣੇ ਆਪ ਹੀ ਬੰਦੇ ਦੀ ਆਵਾਜ਼ ਹੌਲੀ ਹੋ ਜਾਂਦੀ ਆ ਦੇਖੋ ਉਹਨਾਂ ਦੇ ਬੈਕ ਯਾਰਡ ਆ ਦਰਖਤ ਕਿੰਨਾ ਹੋਣਾ ਯਾਰ ਹਾਂ ਪਾਮ ਟ੍ਰੀਜ਼ ਬਹੁਤ ਸੋਹਣੇ ਲੱਗਦੇ ਆ ਵਾਓ ਲੁੱਕ ਐਟ ਥਿਸ ਵਿਊ ਵੈਰੀ ਨਾਈਸ ਕੀ ਬਾਤ ਹੈ ਚਲਿਏ ਜੀ ਚਲੋ ਉਹ ਵੀ ਬਹੁਤ ਅਜੀਬ ਜਿਹਾ ਲੱਗਦਾ ਘਰ ਦੇਖਣ ਨੂੰ ਬਾਹਰੋਂ ਪਰ ਅੰਦਰੋਂ ਮੈਨੂੰ ਲੱਗਦਾ ਇਦਾਂ ਹੀ ਸਾਨੂੰ ਸਰਪ੍ਰਾਈਜ਼ ਕਰੇਗਾ ਯਾ ਸੋ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਆ ਸਾਰੇ ਟੂਰ ਤੁਹਾਨੂੰ ਦਿਖਾਣੇ ਆ ਡੈਫੀਨਿਟਲੀ ਹੁਣ ਵੱਡੇ ਵੱਡੇ ਘਰੇ ਕਰੇਗਾ ਨੇ ਆਪਾਂ ਹਾਂਜੀ ਹਾਂਜੀ ਜਲਦੀ ਜਲਦੀ ਆ ਰਹੇ ਨੇ